ਤੁਹਾਡਾ ਪਿੰਡ ਕੋਈ ਇਤਿਹਾਸਿਕ ਪਿੰਡ ਹੈ? ਕੀ ਤੁਸੀਂ ਆਪਣੇ ਪਿੰਡ ਨੂੰ ਪੂਰੀ ਦੁਨੀਆ ਵਿੱਚ ਦਿਖਾਉਣਾ ਚਾਹੁੰਦੇ ਹੋ? ਤਾਂ ਕਰੋ ਸਾਡੇ ਨਾਲ ਸੰਪਰਕ। ਅਸੀਂ ਆਵਾਂਗੇ ਤੁਹਾਡੇ ਪਿੰਡ ਅਤੇ ਜਾਣਾਂਗੇ ਤੁਹਾਡੇ ਪਿੰਡ ਦੀਆਂ ਖੂਬੀਆਂ ਬਾਰੇ। ਅੱਜ ਹੀ ਸੰਪਰਕ ਕਰੋ 9142-46-21 9142-46-21। ਬਾਬਾ ਜੀਵਨ ਸਿੰਘ ਜੀ ਗੁਰਦੁਆਰਾ ਪੱਤੀ ਨਵਾਂ ਕਿਲ੍ਹਾ ਤੋਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੈੱਡ ਗ੍ਰੰਥੀ ਭਾਈ ਰੇਸ਼ਮ ਸਿੰਘ, ਬਲਦੇਵ ਸਿੰਘ ਅਤੇ ਸਮੂਹ ਨਗਰ ਪੰਚਾਇਤ, ਧਾਰਮਿਕ ਕਮੇਟੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰੂ ਤੇਗ ਬਹਾਦਰ ਸੇਵਾ ਸੁਸਾਇਟੀ, ਸੁਖਮਨੀ ਸਾਹਿਬ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਬਾਬਾ ਪੂਰਨ ਸਿੰਘ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਬਾਬਾ ਵੀਰ ਸਿੰਘ ਜੀ ਸ਼ਹੀਦ ਗੁਰਦੁਆਰਾ ਦਮਦਮਾ ਸਾਹਿਬ ਤੋਂ ਹੁੰਦਾ ਹੋਇਆ ਪਿੰਡ ਜੌੜ ਸਿੰਘ ਵਾਲਾ, ਸੈਦੋਵਰ ਵਾਲਾ, ਮੌੜ, ਕੱਚਾ ਪੱਕਾ ਅਤੇ ਅੱਡਾ ਦਿਆਲਪੁਰਾ, ਭਿੱਖੀਵੁੰਡ ਤੋਂ ਹੁੰਦਾ ਹੋਇਆ ਗੁਰਦੁਆਰਾ ਜਨਮ ਅਸਥਾਨ ਬਾਬਾ ਦੀਪ ਸਿੰਘ ਜੀ ਪੋਹਵਿੰਡ ਵਿਖੇ ਸੰਪੰਨ ਹੋਇਆ। ਨਗਰ ਕੀਰਤਨ ਦਾ ਵੱਖ ਵੱਖ ਪਿੰਡਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਨਗਰ ਕੀਰਤਨ ਵਿੱਚ ਗੱਤਕਾ ਟੀਮ ਨੇ ਆਪਣੇ ਗੱਤਕੇ ਦੇ ਚੰਗੇ ਜੌਹਰ ਵਿਖਾਏ ਅਤੇ ਫੌਜੀ ਬੈਂਡ ਵੱਲੋਂ ਨਗਰ ਕੀਰਤਨ ਦੇ ਨਾਲ ਨਾਲ ਆਪਣੀ ਸੇਵਾ ਨਿਭਾਈ ਗਈ। ਇਸ ਮੌਕੇ ਵੱਖ ਵੱਖ ਪਿੰਡਾਂ ਵੱਲੋਂ ਚਾਹ ਪਕੌੜੇ ਅਤੇ ਵੱਖ ਵੱਖ ਪਕਵਾਨਾਂ ਦੇ ਲੰਗਰ ਵੀ ਲਗਾਏ ਗਏ। ਇਸ ਮੌਕੇ ਲੋਕ ਭਲਾਈ ਦਾ ਸੁਨੇਹਾ ਟੀਵੀ ਨਾਲ ਗੱਲਬਾਤ ਕਰਦਿਆਂ ਹੈੱਡ ਗ੍ਰੰਥੀ ਭਾਈ ਰੇਸ਼ਮ ਸਿੰਘ ਨੇ ਕਿਹਾ ਕਿ ਸਾਨੂੰ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੇ ਦਿਹਾੜੇ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ। ਬਿਊਰੋ ਰਿਪੋਰਟ, ਕੈਮਰਾਮੈਨ ਹੈਪੀ ਸਭਰਾ ਦੇ ਨਾਲ ਦਲਵੀਰ ਉਦੋਕੇ, LVS ਨਿਊਜ਼, ਤਰਨ ਤਾਰਨ। ਸਮੂਹ ਸਾਧ ਸੰਗਤ ਜੀ, ਅੱਜ ਪਵਿੱਤਰ ਦਿਨ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਸਮੂਹ ਸਾਧ ਸੰਗਤ ਪਿੰਡ ਸਭਰਾ ਵੱਲੋਂ ਮਨਾਇਆ ਜਾ ਰਿਹਾ ਹੈ। ਔਰ ਇਸ ਖੁਸ਼ੀ ਵਿੱਚ ਸਭਰਾ ਨਗਰ ਤੋਂ ਨਗਰ ਕੀਰਤਨ
ਬਾਬਾ ਦੀਪ ਸਿੰਘ ਜੀ ਪੋਵੰਡ ਜਨਮ ਸਥਾਨ ਬਾਬਾ ਦੀਪ ਸਿੰਘ ਜੀ ਵਿਖੇ ਜਾ ਰਿਹਾ ਹੈ। ਸਮੂਹ ਸਾਧ ਸੰਗਤ ਚੜ੍ਹਦੀ ਕਲਾ ਵਿੱਚ ਵੱਧ ਚੜ੍ਹ ਕੇ ਤਨ ਮਨ ਧਨ ਨਾਲ ਸੇਵਾ ਕਰਦੀ ਹੈ। ਮਹਾਰਾਜ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਇਹਨਾਂ ਸੰਗਤਾਂ ਦੀ ਚੜ੍ਹਦੀ ਕਲਾ ਕਰੇ, ਆਉਣ ਵਾਲਾ ਸਮਾਂ ਸੁੱਖ ਸ਼ਾਂਤੀ ਸਿਰ ਬੀਤ ਕਰੇ, ਪਰਿਵਾਰ ਦੇ ਸੁੱਖ ਸ਼ਾਂਤੀ ਬਖਸ਼ੇ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਅੰਗ ਸੰਗ ਸਹਾਈ ਹੋ ਗਏ, ਅੱਗੇ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਹੀ ਆਪਣੇ ਵੱਡੇ ਵਡੇਰਿਆਂ ਦੇ ਦਿਨ ਮਨਾਉਣ ਦੀ ਬਲਬੁੱਧੀ ਬਖਸ਼ਿਸ਼ ਕਰਨਾ, ਤਨ ਮਨ ਧਨ ਨਾਲ ਸੇਵਾ ਕਰਕੇ ਸੰਗਤਾਂ ਸੇਵਾ ਕਰ ਰਹੀਆਂ ਹਨ, ਮਹਾਰਾਜ ਸੇਵਾ ਪ੍ਰਵਾਨ ਕਰੇ। ਨਵੀਂ ਪੀੜ੍ਹੀ ਨੂੰ ਜੀ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਹੀ ਇਸੇ ਤਰ੍ਹਾਂ ਹੀ ਆਪਣੇ ਵੱਡੇ ਵਡੇਰਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਦੇ ਹੋਏ ਇਹਨੂੰ ਵੀ ਚੜ੍ਹਦੀਆਂ ਕਲਾ ਵਿੱਚ ਉਹਨਾਂ ਦੇ ਦਿਨ ਮਨਾਉਣ ਅਤੇ ਖੁਸ਼ੀਆਂ ਪ੍ਰਾਪਤ ਕਰਨ ਅਤੇ ਸਿੱਖੀ ਦੇ ਵਿੱਚ ਬਾਣੀ ਬਾਣੀ ਦੇ ਵਿੱਚ ਪੂਰੇ ਆਉਣ, ਅੰਮ੍ਰਿਤ ਛਕਣ, ਅੰਮ੍ਰਿਤ ਛੱਕ ਕੇ ਗੁਰੂਆਰੇ ਬਣਨ ਅਤੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਧੰਨਵਾਦ ਧੰਨ ਨਾਲ ਸੇਵਾ ਕਰਕੇ ਚੜ੍ਹਦੀਆਂ ਕਲਾ ਵਿੱਚ ਖੁਸ਼ੀਆਂ ਪ੍ਰਾਪਤ ਕਰਨ। ਬੋਲੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਧ ਸੰਗਤ ਜੀ
ਵਿਸ਼ਾਲ ਨਗਰ ਕੀਰਤਨ ਨਗਰ ਸਭਰਾਵਾਂ ਤੋਂ ਚੱਲ ਕੇ ਜੌੜ ਸਿੰਘ ਵਾਲਾ ਨਗਰ ਵਿਖੇ ਬਾਬਾ ਰਾਜਾ ਰਾਮ ਜੀ ਦੇ ਸਥਾਨ 'ਤੇ ਪਹੁੰਚਿਆ ਹੋਏ ਪਹੁੰਚੀਆਂ ਹੋਈਆਂ ਸਿੱਖ ਸੰਗਤਾਂ ਨੂੰ ਜੀਓ ਆਖਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਇਹ ਨਗਰ ਕੀਰਤਨ ਪਿੰਡ ਵੱਡੇ ਸਵਰਾ ਤਹਿਸੀਲ ਪੱਟੀ ਜ਼ਿਲ੍ਹਾ ਤਰਨ ਤਾਰਨ ਤੋਂ ਤਰਨ ਤਾਰਨ ਬਾਬਾ ਜੀਵਨ ਸਿੰਘ ਜੀ ਪੜਾਵਾਂ ਤੋਂ ਸਜਾਇਆ ਗਿਆ ਹੈ, ਜੋ ਕਿ ਦਾਸ ਉੱਥੋਂ ਦੇ ਸੇਵਾਦਾਰ ਹੋਣ ਦੇ ਨਾਤੇ ਆਪ ਸੰਗਤਾਂ ਦੇ ਸਨਮੁਖ ਹੋਏ ਆ। ਇਹ ਜਿਹੜਾ ਨਗਰ ਕੀਰਤਨ ਹੈ ਤਰਨ ਤਾਰਨ ਬਾਬਾ ਦੀਪ ਸਿੰਘ ਜਿਨ੍ਹਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੈ, ਜੋ ਕਿ ਇਲਾਕਾ ਨਿਵਾਸੀਆਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਚੜ੍ਹਦੀ ਕਲਾ ਦੇ ਨਾਲ ਧੂਮਧਾਮ ਦੇ ਨਾਲ ਸਜਾਇਆ ਗਿਆ ਹੈ, ਜੋ ਹੁਣ ਪਿੰਡ ਆਪਾਂ ਜੌੜ ਸਿੰਘ ਵਿਖੇ ਪਹੁੰਚੇ ਹਾਂ ਬਾਬਾ ਜੀਆਂ ਦੇ ਪੜਾਵਾਂ 'ਤੇ ਬਾਬੇ ਰਾਜਾ ਰਾਮ ਜੀ 'ਤੇ। ਸੋ ਇਹ ਨਗਰ ਕੀਰਤਨ ਦੀ ਸਮਾਪਤੀ ਸ਼ਾਮ ਦੇ ਸਮੇਂ ਬਾਬਾ ਦੀਪ ਸਿੰਘ ਦੇ ਜਨਮ ਸਥਾਨ ਪੋਹਵਿੰਡ ਵਿਖੇ ਹੋਵੇਗੀ, ਜੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵਾ ਚੜ੍ਹ ਕੇ ਇਹਨਾਂ ਦੇ ਧਾਰਿਆਂ ਵਿੱਚ ਆਪਾਂ ਸ਼ਾਮਿਲ ਹੋਈਏ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।